ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜਾ ਸਿੱਖਾਂ ਦੇ ਦਿਲ ਦੇ ਨੇੜੇ ਬੜਾ ਵੱਡਾ ਮਸਲਾ ਇੱਕ ਬਣਿਆ, ਭਖਦਾ ਮਸਲਾ, ਸ਼੍ਰੀ ਤਰਨ ਤਾਰਨ ਸਾਹਿਬ ਦੀ ਡਿਉੜੀ ਦਾ ਮਸਲਾ, ਉਸ ਮਸਲੇ 'ਤੇ ਤੁਹਾਡੇ ਨਾਲ ਜਿਹੜੀ ਹੈ ਉਹ ਦੋ ਤਿੰਨ ਬੇਨਤੀਆਂ ਸਾਂਝੀਆਂ ਕਰਨੀਆਂ। ਅਖਬਾਰਾਂ ਦੇ ਵਿੱਚ ਪੜ੍ਹਿਆ ਇੱਕ ਪੱਖ ਲੱਗਿਆ ਔਰ ਦੂਜਾ ਪੱਖ ਬਹੁਤੇ ਅਖਬਾਰਾਂ 'ਚ ਲੱਗਿਆ ਨਹੀਂ। ਇੱਥੋਂ ਤੱਕ ਕਿ ਕਾਰ ਸੇਵਾ ਵਾਲੇ ਬਾਬਾ ਜਗਤਾਰ ਸਿੰਘ ਦਾ ਬਿਆਨ ਵੀ ਪ੍ਰਮੁੱਖਤਾ ਨਾਲ ਲੱਗਿਆ ਕਈ ਅਖਬਾਰਾਂ 'ਚ ਕਿ ਸੇਵਾ ਜਿਹੜੀ ਹੈ SGPC ਨੇ ਦਿੱਤੀ ਗਈ ਸੀ। ਇਹਦੇ 'ਚ ਕੋਈ ਦੋ ਰਾਇ ਨਹੀਂ, ਜਿਹੜੀ ਵੀ ਕੋਈ ਸੇਵਾ ਹੁੰਦੀ ਹੈ ਉਹ SGPC ਦਿੰਦੀ ਹੈ। ਔਰ ਮਤਾ ਨੰਬਰ 550/12/7/2018 ਨੂੰ ਇਹ ਕਾਰ ਸੇਵਾ ਜਿਹੜੀ ਹੈ ਇਹ ਦਿੱਤੀ ਗਈ ਸੀ ਡਿਊਟੀ ਨੂੰ ਨਿਭਾਉਣ ਦੀ। ਔਰ ਜਦੋਂ ਸੰਗਤਾਂ ਦਾ ਵਿਦਰੋਹ ਹੋਇਆ ਤਾਂ ਵਿਦਰੋਹ ਦੇ ਕਾਰਨ ਮਤਾ ਨੰਬਰ 765/18/10/2018 ਨੂੰ, ਇਹ 7ਵੇਂ ਮਹੀਨੇ ਦਾ ਜੁਲਾਈ ਦਾ ਮਾਮਲਾ ਅਤੇ ਇਹ ਅਕਤੂਬਰ ਦੇ ਵਿੱਚ ਇਹ ਮਤਾ ਜਿਹੜਾ ਸੀਗਾ ਵਾਪਸ ਲੈ ਲਿਆ, ਰੱਦ ਕਰ ਦਿੱਤੀ ਗਈ ਕਿ ਇਹ ਜਿਹੜੀ ਸੇਵਾ ਹੈ ਇਹ ਨਹੀਂ ਹੋ ਸਕਦੀ। ਔਰ ਮਤੇ ਦੇ ਵਿੱਚ ਬਕਾਇਦਾ ਜ਼ਿਕਰ ਕੀਤਾ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਹੋਰਾਂ ਵੱਲੋਂ ਅਖਬਾਰਾਂ ਦੀਆਂ ਫੋਟੋ ਕਾਪੀ ਈਮੇਲ ਪੁੱਜੀਆਂ ਹਨ, ਜਿਸ ਕਰਕੇ ਇਹ ਡਿਊਟੀ ਨੂੰ ਜਿਹੜਾ ਕੰਮ ਕਰਨ ਦਾ ਜਿਹੜਾ ਹੈ ਉਹ ਵਿਚਾਰ ਨੂੰ ਪਿੱਛੇ ਪਾਇਆ ਜਾਂਦਾ ਹੈ। ਇਹ 18/10/2018 ਦਾ ਮਤੇ ਨਾਲ ਰੱਦ ਕੀਤਾ ਹੋਇਆ। ਔਰ ਬਹੁਤ ਸਾਰੇ ਸੱਜਣ ਐਸੇ ਹੈ ਜਿਹੜੇ ਸ਼੍ਰੋਮਣੀ ਅਕਾਲੀ ਦਲ ਨੂੰ, ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਬਦਨਾਮ ਕਰਦੇ ਕਰਦੇ ਸਾਡੀ ਬੜੀਆਂ ਵੱਡੀਆਂ ਸੰਸਥਾਵਾਂ ਨੂੰ ਢਾਹ ਲਾ ਰਹੇ ਹੈ। ਮੇਰੀ ਉਹਨਾਂ ਨੂੰ ਹੱਥ ਜੋੜ ਕੇ ਬੇਨਤੀ ਹੈ ਕਿ ਜੇ ਪਿਛਲੇ ਇਤਿਹਾਸ ਵਿੱਚ ਜਾਈਏ, ਜਿਵੇਂ ਪਿਛਲੀਆਂ ਇਲੈਕਸ਼ਨਾਂ ਵੇਲੇ, ਕਿਉਂਕਿ ਮੈਨੂੰ ਸਿਆਸੀ ਉਦਾਹਰਨਾਂ ਦੇਣੀਆਂ ਪੈਣੀਆਂ, ਪੰਜਾਬ ਦੇ ਵਿੱਚ ਨਸ਼ਿਆਂ ਦੀ ਜਿਹੜੀ ਮੁਸ਼ਕਲ ਹੈਗੀ ਹੈ ਜਾਂ ਇੱਕ ਬੜਾ ਵੱਡਾ ਸਾਡੇ 'ਤੇ ਕਲੰਕ ਹੈਗਾ, ਇਹ ਪੰਜਾਬ 'ਚ ਵੀ ਹੈ, ਸਾਰੇ ਦੇਸ਼ 'ਚ ਹੈ। ਅਸੀਂ ਉਦੋਂ ਵੀ ਕਹਿੰਦੇ ਸੀ ਵੀ ਹੈਗਾ, ਹੁਣ ਵੀ, ਹੁਣ ਉਦੋਂ ਵੀ ਵਧਿਆ ਹੋਇਆ ਜਾਂ ਨਹੀਂ ਵਧਿਆ ਹੋਇਆ ਇਹ ਲੋਕ ਜਾਣਦੇ ਆ। ਪਰ ਸਾਡੇ ਵਿਰੋਧੀਆਂ ਨੇ ਸਾਡੀ ਪਾਰਟੀ ਨੂੰ, ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਸਰਕਾਰ ਨੂੰ ਬਦਨਾਮ ਕਰਨ ਦੇ ਚੱਕਰ ਦੇ ਵਿੱਚ ਪੰਜਾਬੀਆਂ ਅਤੇ ਪੰਜਾਬ ਦੇ ਨੌਜਵਾਨਾਂ ਨੂੰ ਹੀ ਬਦਨਾਮ ਕਰਤਾ, ਜਿਹਦੇ 'ਚ 70% ਨਸ਼ੇੜੀ ਦੱਸਦੇ ਸੀ। ਇਸੇ ਤਰ੍ਹਾਂ ਮੇਰੀ ਸਾਰੇ ਉਹਨਾਂ ਪੰਥਕ ਆਗੂਆਂ ਨੂੰ, ਆਪਣੀ ਆਪਣੀ ਥਾਂ 'ਤੇ ਸਾਰੇ ਸਤਿਕਾਰਯੋਗ ਨੇ, ਉਹਨਾਂ ਨੂੰ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਆਪਾਂ ਆਪਣੀਆਂ ਪਰੰਪਰਾਵਾਂ ਨੂੰ ਢਾਹ ਨਾ ਲਾਈਏ। ਸ਼੍ਰੋਮਣੀ ਅਕਾਲੀ ਦਲ ਨੂੰ ਅਤੇ ਖਾਸ ਕਰਕੇ SGPC ਨੂੰ ਬਦਨਾਮ ਕਰਦੇ ਕਰਦੇ ਸਾਡੀਆਂ ਸਿੱਖ ਪਰੰਪਰਾਵਾਂ ਜਾਂ ਜਿਹੜੀਆਂ ਸੰਸਥਾਵਾਂ ਉਹਨਾਂ ਨੂੰ ਕਿਰਪਾ ਕਰਕੇ ਢਾਹ ਨਾ ਲਾਈਏ, ਮੇਰੀ ਹੱਥ ਬੰਨ੍ਹ ਕੇ ਬੇਨਤੀ ਹੈ। ਮੈਂ ਤੁਹਾਨੂੰ ਦੋਨੋਂ ਮਤੇ ਦਿਖਾਏ ਹੈ ਕਿ ਜੇ ਮਨਜ਼ੂਰੀ ਦਿੱਤੀ ਸੀ ਉਹ ਵੀ ਨਾਲ ਹੈ ਅਤੇ ਜੇ ਮਨਜ਼ੂਰੀ ਬੰਦ ਕੀਤੀ ਉਹ ਵੀ ਨਾਲ ਹੈ। ਅਤੇ ਹੁਣ ਜਿਹੜੇ ਸਾਡੇ ਵਿਰੋਧੀ ਨੇ, ਜਿਹੜੇ ਕਿ ਕਾਂਗਰਸ ਦੇ ਹੱਥਾਂ ਦੇ ਵਿੱਚ ਖੇਡਦੇ ਨੇ ਜਾਂ ਐਂਟੀ ਸ਼੍ਰੋਮਣੀ ਅਕਾਲੀ ਦਲ ਨੇ ਜਾਂ ਐਂਟੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਾਂ ਮੈਂ ਇਹ ਕਹਿ ਲਵਾਂ ਕਿ ਐਂਟੀ ਸਿੱਖ ਨੇ, ਉਹਨਾਂ ਨੇ ਇੱਕ ਕੱਲ੍ਹ ਦੀ ਫੋਟੋ ਵਾਇਰਲ ਕੀਤੀ ਆ ਜਿਹੜੀ ਕਿ ਕਹਿੰਦੇ ਆ ਜੀ ਇਹ SGPC ਦੇ ਜਨਰਲ ਸੈਕਟਰੀ ਅਤੇ SGPC ਦੇ ਐਗਜੈਕਟਿਵ ਮੈਂਬਰ ਬਾਬਾ ਜਗਤਾਰ ਸਿੰਘ ਦੇ ਨਾਲ ਖੜ੍ਹ ਕੇ ਜਿਹੜਾ ਹੈਗਾ ਉਹ ਟੱਕ ਲਵਾ ਰਹੇ ਆ। ਮੈਂ ਸੰਗਤਾਂ ਨੂੰ ਸਪਸ਼ਟ ਕਰਦਿਆਂ, ਇਹ ਫੋਟੋ 18/17/2018 ਦੀ ਹੈ, ਜਿਸ ਵੇਲੇ ਇਹ ਉਸ ਵੇਲੇ ਜਦੋਂ ਸੇਵਾ ਸ਼ੁਰੂ ਕਰਨੀ ਸੀ ਉਸ ਦਿਨ ਦੀ ਫੋਟੋ ਹੈ। ਅਤੇ ਇਹਨਾਂ ਜਨਰਲ ਸਕੱਤਰ ਅਤੇ ਸਾਡੇ ਐਗਜੈਕਟਿਵ ਮੈਂਬਰ ਦੇ ਕਾਰਨ ਹੀ, SGPC ਦੇ ਮੈਂਬਰ ਕਾਰਨ ਹੀ ਜਦੋਂ ਉੱਥੇ ਸੰਗਤਾਂ ਨੇ ਇਕੱਠੇ ਹੋ ਕੇ ਇਸ ਚੀਜ਼ ਨੂੰ ਰੋਕਿਆ, ਵਿਦਰੋਹ ਕੀਤਾ, ਤਾਂ ਉਸੇ ਵਕਤ ਜਿਹੜਾ ਸੀਗਾ ਕੰਮ ਉਹ ਰੋਕ ਦਿੱਤਾ ਗਿਆ ਸੀ। ਇਸੇ ਦੇ ਰੋਕਣ ਦੇ ਬਾਅਦ ਹੀ ਐਗਜੈਕਟਿਵ ਦੇ ਵਿੱਚ ਮਤਾ ਲਿਆ ਕੇ ਪੁਰਾਣੇ ਮਤੇ ਦੇ ਉੱਤੇ ਰੋਕ ਲਾ ਦਿੱਤੀ ਗਈ ਸੀ। ਉਹ ਭਲਿਓ ਮਾਨਸੋ, ਤੁਹਾਡੀ ਕੀ ਮਾਨਸਿਕਤਾ ਹੈ? ਤੁਸੀਂ ਕਿਉਂ ਸਿੱਖਾਂ ਨੂੰ ਅਤੇ ਸਿੱਖਾਂ ਦੀ ਸੰਸਥਾ ਨੂੰ ਬਦਨਾਮ ਕਰਨ 'ਤੇ ਤੁਲੇ ਹੋਏ ਹੋ? ਇਹਦੇ 'ਚ ਕੋਈ ਦੋਰਾ ਨਹੀਂ ਕਿ ਇਹ ਬਹੁਤ ਘਿਨਾਉਣੀ ਹਰਕਤ ਹੈ। ਮੈਂ ਮਾਣਯੋਗ SGPC ਦੇ ਮੈਂਬਰ ਸਾਹਿਬਾਨ ਨੂੰ ਬੇਨਤੀ ਕਰੂੰਗਾ, SGPC ਦੇ ਪ੍ਰਧਾਨ ਸਾਹਿਬ ਨੂੰ ਬੇਨਤੀ ਕਰੂੰਗਾ
ਕਿ ਤੁਸੀਂ ਕੜੀ ਕਾਰਵਾਈ ਕੀਤੀ ਹੈ, ਇਹਨਾਂ ਨੂੰ ਬਲੈਕਲਿਸਟ ਕਰੋ। ਬਾਬਾ ਜਗਤਾਰ ਸਿੰਘ ਨੂੰ ਕਿਹਦੀ ਸਾਜ਼ਿਸ਼ ਅਤੇ ਕਿਹਦੇ ਕਹਿਣ 'ਤੇ ਇਹਨਾਂ ਨੇ ਰਾਤ ਨੂੰ ਜਾ ਕੇ ਸੇਵਾ ਸ਼ੁਰੂ ਕੀਤੀ ਹੈ, ਇਹਨਾਂ ਦੇ ਖਿਲਾਫ਼ FIR ਤੱਕ ਦਰਜ ਕਰਾਓ। ਅਤੇ ਇਹ ਤਾਂ ਕਿ ਦੁੱਧ ਦਾ ਦੁੱਧ ਅਤੇ ਜਿਹੜਾ ਪਾਣੀ ਦਾ ਪਾਣੀ, ਜਿਹੜਾ ਬਦਨਾਮ ਕਰਨ ਵਾਲੀ ਚਾਲ ਹੈ, ਇਹ ਸਾਹਮਣੇ ਆ ਸਕੇ। ਸੋ ਮੈਂ ਵੀਰਾਂ ਨੂੰ ਸਪਸ਼ਟ ਕਰਾਂਗੇ, ਇਹ 18/9/2018 ਦੀ ਜਿਹੜੀ ਹੈਗੀ ਹੈ, ਇਹ ਫੋਟੋ ਹੈਗੀ ਹੈ 18/9/2018 ਦੀ। ਅਤੇ ਇਸ ਕਰਕੇ ਜੇ ਆਪਾਂ ਇਸ ਨੂੰ ਕਹੀਏ ਕਿ ਇਹ ਇਹਦੀ ਉਸ ਰਾਤ ਦੀ ਫੋਟੋ ਹੈ ਜਿਹੜਾ ਕਿ ਸਾਡੇ ਵਿਰੋਧੀ ਅਤੇ ਭੱਦਰ ਪੁਰਸ਼ ਜਿਹੜੇ ਬਦਨਾਮ ਕਰਨ ਲਈ ਇਹ ਕਰ ਰਹੇ ਹੈ, ਮੇਰੀ ਉਹਨਾਂ ਦੇ ਚਰਨਾਂ 'ਚ ਹੱਥ ਜੋੜ ਕੇ ਬੇਨਤੀ ਹੈ, ਇਹੋ ਜਿਹੀਆਂ ਘਟਨਾਵਾਂ 'ਤੇ ਜਾਂ ਗੁਰੂ ਸਾਹਿਬ ਦੇ ਜਿਹੜੇ ਹੁਣ 85-86 ਬੇਅਦਮੀਆਂ ਹੋ ਗਈਆਂ, ਇਹੋ ਜਿਹੀਆਂ ਘਟਨਾਵਾਂ 'ਤੇ ਸਾਨੂੰ ਪਸ਼ਚਾਤਾਪ ਕਰਨਾ ਚਾਹੀਦਾ, ਨਾ ਕਿ ਕੋਈ ਸਿਆਸਤ ਕਰਨੀ ਚਾਹੀਦੀ ਹੈ। ਮੈਂ ਬੇਨਤੀ ਕਰੂੰਗਾ SGPC ਦੀ ਜਿਹੜੀ ਨਵੀਂ ਕਮੇਟੀ ਬਣੀ ਹੈ, 3-ਮੈਂਬਰੀ ਕਮੇਟੀ ਬਣਾ ਕੇ ਪ੍ਰਧਾਨ ਸਾਹਿਬ ਨੇ ਜਾਂਚ ਜਿਹੜੀ ਆਰੰਭ ਦਿੱਤੀ ਹੈ, ਇਹਦੇ ਨਾਲ ਹੀ ਇੱਕ FIR ਵੀ ਹੋਣੀ ਚਾਹੀਦੀ ਹੈ। ਇਹਦੇ ਨਾਲ ਹੀ ਇਸ ਬਾਬੇ ਦੇ ਕੋਲ ਜਿੱਥੇ ਕਿਤੇ ਵੀ ਕੋਈ ਕੰਮ ਹੋਵੇ ਉਹਨੂੰ ਬਲੈਕਲਿਸਟ ਕਰਕੇ ਸਾਰੇ ਦੇ ਸਾਰੇ ਕੰਮ ਜਿਹੜੇ ਆ ਵਾਪਸ ਹੋਣੇ ਚਾਹੀਦੇ ਆ। ਅਤੇ ਸਿੱਖਾਂ ਦੀਆਂ ਭਾਵਨਾਵਾਂ ਨਾਲ ਖਿਲਵਾੜ ਕਰਨ ਦੇ ਇਵਜ ਦੇ ਵਿੱਚ ਜਿੱਡੀ ਵੀ ਵੱਡੀ ਤੋਂ ਵੱਡੀ ਸਜ਼ਾ ਦਿੱਤੀ ਜਾ ਸਕੇ, ਉਹਨਾਂ ਨੌਜਵਾਨਾਂ ਨੂੰ ਇਹਦੇ ਵਿੱਚ ਗਵਾਹ ਬਣਾਇਆ ਜਾਵੇ ਜਿਹੜੇ ਨੌਜਵਾਨਾਂ ਨੇ ਆ ਕੇ ਇਹ ਕੰਮ ਰੁਕਵਾਇਆ। ਸੋ ਮੈਂ ਸਾਰਿਆਂ ਨੂੰ ਹੱਥ ਬੰਨ੍ਹ ਕੇ ਬੇਨਤੀ ਕਰੂੰਗਾ ਕਿ ਇਹ ਬੜੇ ਦੁੱਖ ਦਾ ਸਮਾਂ, ਬੜੀ ਦੁੱਖ ਦੀ ਗੱਲ ਹੈ ਕਿ ਜੋ ਪ੍ਰਾਪਤ ਸਾਡੀ ਡਿਊਟੀ ਸੀ, ਜਿਹਨੂੰ ਲੋਕ ਚਾਹੁੰਦੇ ਸਨ ਕਿ ਨਹੀਂ ਢਹਿਣੀ ਚਾਹੀਦੀ, ਉਹਦਾ ਕੁਛ ਹਿੱਸਾ ਢਾਇਆ ਗਿਆ। ਕਿ ਜਿਹੜਾ SGPC ਪ੍ਰਧਾਨ ਸਾਹਿਬ ਵੱਲੋਂ ਅੱਜ ਇਹ ਬਿਆਨ ਵੀ ਆਇਆ ਕਿ ਅਸੀਂ ਉਸੇ ਤਰ੍ਹਾਂ ਉਸੇ ਨੂੰ ਪ੍ਰਾਣੀ ਨੂੰ ਜਿਹੜਾ ਹੈਗਾ ਬਹਾਲ ਰੱਖਾਂਗੇ ਔਰ ਉਹਨੂੰ ਜਿਹੜੀ ਹੈ ਉਹਦੀ ਪ੍ਰਾਣੀ ਦਿੱਖ ਜਿਹੜੀ ਹੈ ਉਹਨੂੰ ਬਹਾਲ ਕਰਾਂਗੇ। ਸੋ ਮੇਰੀ ਸਾਰੇ ਵੀਰਾਂ ਦੇ ਚਰਨਾਂ 'ਚ ਹੱਥ ਬੰਨ੍ਹ ਕੇ ਬੇਨਤੀ ਹੈ ਕਿ ਇਹੋ ਜਿਹੀ ਮੰਦਭਾਗੀ ਘਟਨਾ ਦੇ ਉੱਤੇ ਸਾਨੂੰ ਦੁੱਖ ਹੈ, ਖੇਦ ਪ੍ਰਗਟ ਕਰਨਾ ਚਾਹੀਦਾ, ਨਾ ਕਿ ਕੋਈ ਸਿਆਸਤ ਕਰਨੀ ਚਾਹੀਦੀ ਹੈ। ਸੋ ਸਾਰਿਆਂ ਦਾ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਸ਼੍ਰੀ ਵਾਹਿਗੁਰੂ ਜੀ ਕੀ ਫਤਿਹ।